ਬਾਈ ਕੀ ਨਾਮ ਹੈ? ਮੇਰੀ 16 ਸਾਲ ਉਮਰ ਹੈ, ਸ਼ਬਦਪ੍ਰੀਤ ਸਿੰਘ ਮੇਰਾ ਨਾਮ। ਅੱਛਾ, ਇਹ ਹਸਪੀਟਲ ਤੋਂ ਸਿੱਧਾ ਇੱਥੇ ਆ ਰਹੇ ਹੋ? ਸਿੱਧਾ ਇੱਥੇ ਆ ਰਹੇ ਹਾਂ ਜੀ। ਸਭ ਤੋਂ ਅੱਗੇ ਆ ਕੇ ਫੇਰ ਮੂਹਰੇ ਡਟ ਗਏ, ਉਹ ਜਜ਼ਬਾ ਕਿਵੇਂ? ਬਸ ਹੌਸਲੇ ਬੁਲੰਦਾ ਕਰ ਲਓ, ਫੇਰ ਜਾਵਾਂਗੇ ਦਿੱਲੀ। ਮਾਹੌਲ ਪੂਰਾ ਜੋਸ਼ ਚ ਆ ਜੀ, ਕਿਉਂਕਿ ਜੋਸ਼ ਦੇ ਨਾਲ ਹੋਸ਼ ਵੀ ਚਾਹੀਦਾ। ਕੱਲ ਨੂੰ 11 ਵਜੇ ਬਾਰਡਰ ਭੰਨਾਂਗੇ, ਸਰਕਾਰ ਸਾਡੇ ਗੋਲੀਆਂ ਮਾਰੇ, ਬਾਰਡਰ ਕੈਨਰ ਦਾ ਪੈਟਰੋਲ ਕਰੇ, ਜੋ ਮਰਜ਼ੀ ਕਰੇ, ਪਰ ਅਸੀਂ ਆਪਣੇ ਹੱਕ ਲੈ ਕੇ ਮੁੜਾਂਗੇ। ਜਿਹੜੇ ਹੁੰਦੇ ਆ ਨਾ ਜੱਟ ਜਗਾੜੀ ਹੁੰਦੇ ਆ, ਜਗਾੜ ਸਾਡੇ ਕੋਲੇ ਵੀ ਬਹੁਤ ਆ, ਜੇ ਸਰਕਾਰ ਕੋਲੇ ਆ ਨਾ ਤੇ ਸਾਨੂੰ ਇਹਨਾਂ ਦਾ ਜਵਾਬ ਦੇਣਾ ਆਉਂਦਾ, ਤੇ ਇਹਨਾਂ ਨੇ ਸਾਨੂੰ ਕੰਡਿਆਂ ਵਾਲੀ ਤਾਰ ਆਪ ਮਤਲਬ ਪਾ ਕੇ ਦੇ ਦਿੱਤੀ, ਤੇ ਸਾਨੂੰ ਇਹ ਗੁਲਾਮ ਸਮਝਦੇ ਆ। ਸਾਨੂੰ ਇਹ ਦੱਪਣਾ ਕੁਚਲਣਾ ਚਾਹੁੰਦੇ ਆ, ਜਿਹੜੇ ਨੌਜਵਾਨ ਆ ਉਹ ਪੰਜਾਬ ਦੇ, ਉਹ ਗੁਲਾਮੀ ਨਹੀਂ ਚਾਹੁੰਦੇ। ਗੁਲਾਮੀ ਨੂੰ ਅਸੀਂ ਜਦੋਂ ਪੁੱਟਾਂਗੇ, ਅਸੀਂ ਦਿੱਲੀ ਜਾਵਾਂਗੇ, ਜੋ ਮਰਜ਼ੀ ਹੋਵੇ ਜਾਵਾਂਗੇ ਤੇ ਜਾਵਾਂਗੇ। ਗੱਲ ਇਸੇ ਰਸਤੇ ਤੋਂ ਹੋਊਗਾ ਵੀਰੇ, ਜਰੂਰ ਜਾਵਾਂਗੇ, ਇਹਨਾਂ ਦੀ ਹਿੱਕ ਤੇ ਗੋਡਾ ਰੱਖ ਕੇ ਜਾਵਾਂਗੇ। ਕੱਲ ਨੂੰ 11 ਵਜੇ ਦਾ, ਫਿਰ 11 ਵਜੇ ਦੱਸਾਂਗੇ ਇਹਨਾਂ ਨੂੰ ਹੋਲਣ ਤੋਂ, ਜਿਹੜਾ ਗੋਲੀਆਂ ਮਾਰਨੀਆਂ ਗੋਲੀਆਂ ਮਾਰ ਲੈਣ, ਜਿਹੜਾ ਕੁਛ ਇਹਨਾਂ ਨੇ ਕਰਨਾ ਕਰ ਲੈਣ। ਕੱਲ ਨੂੰ ਦਿੱਲੀ ਜਾਣਾ ਤੇ ਫਿਰ ਜਾਣਾ ਹੀ ਜਾਣਾ। ਕੱਲ ਸਵੇਰੇ 11 ਵਜੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇੱਕ ਪਾਸੇ ਪੁਲਿਸ ਦੇ ਵੱਲੋਂ ਵੱਡੇ ਵੱਡੇ ਬੈਰੀਗੇਡ ਲਾ ਦਿੱਤੇ ਗਏ ਨੇ, ਤਿਆਰੀ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦਿੱਲੀ ਜਾਣ ਤੋਂ ਡੱਕਿਆ ਜਾਵੇ। ਪਰ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਾਂ ਤਾਂ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਕੂਚ ਕਰਨ ਦਿੱਤਾ ਜਾਵੇ, ਜਾਂ ਸਾਡੀਆਂ ਮੰਗਾਂ ਮੰਨੀਆਂ ਜਾਣ। ਤਾਂ ਇਸ ਵੇਲੇ ਛੰਭੂ ਬਾਰਡਰ ਦੇ ਉੱਪਰ ਅਸੀਂ ਮੌਜੂਦ ਹੈਗੇ ਹਾਂ, ਸਾਰੀ ਸਿਚੁਏਸ਼ਨ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਵੇਲੇ ਹਾਲਾਤ ਕੀ ਹੈਗੇ ਨੇ। ਤਾਂ ਸਾਹਮਣੇ ਤੁਹਾਨੂੰ ਪੁਲਿਸ ਦੇ ਬੈਰੀਗੇਟ ਲੱਗੇ ਨਜ਼ਰ ਆਉਣਗੇ, ਜਿੱਥੇ ਪੁਲਿਸ ਦੇ ਵੱਲੋਂ ਕਈ ਦਿਨਾਂ ਤੋਂ ਬੈਰੀਗੇਟਿੰਗ ਇੱਥੇ ਕੀਤੀ ਹੋਈ ਹੈ। ਔਰ ਜਿਹੜੀ ਹੈ ਇਹ ਕੱਲ ਜਦੋਂ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਦਿੱਲੀ ਕੂਚ ਕੀਤਾ ਜਾਏਗਾ, ਤਾਂ ਉਸ ਤੋਂ ਬਾਅਦ ਇਹ ਬੈਰੀਗੇਟਿੰਗ ਹੋਰ ਜ਼ਿਆਦਾ ਸਖਤ ਜਿਹੜੀ ਆ ਉਹ ਕਰ ਦਿੱਤੀ ਗਈ ਆ। ਤਾਂ ਸਾਹਮਣੇ ਪਹਿਲਾਂ ਤੁਹਾਨੂੰ ਤੰਬੂ ਔਰ ਤਰਪਾਲਾਂ ਪਈਆਂ ਨਜ਼ਰ ਨਹੀਂ ਸੀ ਆ ਰਹੀਆਂ, ਸ਼ਾਇਦ ਇਹ ਵੀ ਕੋਈ ਸਟ੍ਰੈਟਜੀ ਹੈਗੀ ਹੈ ਫੋਰਸ ਦੀ, ਜਿਨ੍ਹਾਂ ਦੇ ਵੱਲੋਂ ਤੰਬੂ ਪਾ ਦਿੱਤੇ ਗਏ ਨੇ, ਤਰਪਾਲਾਂ ਜਿਹੜੀਆਂ ਨੇ ਉਹ ਪਾ ਲਿੱਤੀਆਂ ਗਈਆਂ ਨੇ। ਹੋ ਸਕਦਾ ਕਿ ਸਾਰਾ ਸਮਾਨ ਇੱਥੇ ਇਕੱਠਾ ਕੀਤਾ ਹੋਵੇ, ਰਣਨੀਤੀ ਜਿਹੜੀ ਹੈ ਉਹ ਉਲੀਕੀ ਗਈ ਹੋਵੇ ਕਿ ਕਿਵੇਂ ਜਿਹੜਾ ਉਹ ਕਿਸਾਨਾਂ ਨੂੰ ਰੋਕਿਆ ਜਾਣਾ। ਤਾਂ ਇਹ ਸਾਰੀ ਜਿਹੜੀ ਹੈ ਤਿਆਰੀ ਉਹ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ, ਫੋਰਸ ਜਿਹੜੀ ਹੈ ਇੱਥੇ ਲੱਗੀ ਹੋਈ ਹੈ, ਐਂਟੀ ਰੋਇਡ ਫੋਰਸ ਜਿਹੜੀ ਹੈ ਉਹ ਇੱਥੇ ਲਾਈ ਹੋਈ ਹੈ, ਤਾਂ ਪੈਰਾਮਿਲਟਰੀ ਜਿਹੜੀ ਇੱਥੇ ਲੱਗੀ ਹੋਈ ਹੈ। ਤਾਂ ਸਾਰੀ ਤਸਵੀਰ ਜਿਹੜੀ ਹੈ ਇਹ ਘੱਗਰ ਦਰਿਆ ਦੇ ਉੱਪਰ ਦੀ ਹੈਗੀ ਹੈ, ਜਿੱਥੇ ਪੁਲ ਦੇ ਉੱਪਰ ਵੱਡੀ ਬੈਰੀਗੇਟਿੰਗ ਕੀਤੀ ਹੋਈ ਹੈ। ਤਾਂ ਇਹ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਜਿਹੜੇ ਨੇ ਪ੍ਰਬੰਧ ਕੀਤੇ ਗਏ ਨੇ, ਵਾਟਰ ਕੈਨਨ ਦੀਆਂ ਗੱਡੀਆਂ ਉਸੇ ਦਿਨ ਦੀਆਂ ਇੱਥੇ ਲੱਗੀਆਂ ਹੋਈਆਂ ਨੇ, ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ, ਮਸ਼ੀਨ ਗੰਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਅਥਰੂ ਗੈਸ ਛੱਡਣ ਵਾਲੀਆਂ, ਤਾਂ ਸਾਰੇ ਇਹ ਪ੍ਰਬੰਧ ਕੀਤੇ ਨੇ ਘੱਗਰ ਦਰਿਆ ਦੇ ਉੱਪਰ। ਤਾਂ ਦੂਜੇ ਪਾਸੇ ਹੁਣ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਕਿਸਾਨਾਂ ਦੀ, ਜਿਹੜੇ ਕਿਸਾਨ ਇਸ ਵੇਲੇ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਅੱਗੇ ਇੱਕ ਲੀਕ ਖਿੱਚੀ ਹੋਈ ਹੈ, ਤਾਂ ਇੱਥੇ ਅੱਗੇ ਕਿਸਾਨਾਂ ਦੇ ਵੱਲੋਂ ਆਪਣੇ ਮੁੰਡੇ ਜਿਹੜੇ ਨੇ ਉਹ ਲਾਏ ਹੋਏ ਨੇ, ਡਿਊਟੀਆਂ ਉਹਨਾਂ ਦੀਆਂ ਲਾਈਆਂ ਹੋਈਆਂ ਨੇ ਕਿ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਜਦੋਂ ਤੱਕ ਜਿਹੜਾ ਲੀਡਰਾਂ ਦੇ ਵੱਲੋਂ ਹੁਕਮ ਕੋਈ ਨਹੀਂ ਦਿੱਤਾ ਜਾਂਦਾ। ਤਾਂ ਪਿੱਛੇ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ, ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ। ਕੱਲ 11 ਵਜੇ ਦੀ ਜਿਹੜੀ ਆ ਉਹ ਕਾਲ ਦਿੱਤੀ ਗਈ ਹੈ ਕਿ ਕੱਲ 11 ਵਜੇ ਜਿਹੜਾ ਉਹ ਕੂਚ ਕੀਤਾ ਜਾਏਗਾ। ਤਾਂ ਉਸ ਤੋਂ ਪਹਿਲਾਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਲਈਆਂ ਨੇ। ਤਾਂ ਤੁਹਾਨੂੰ ਇੱਕ ਪਾਸੇ ਪੁਲਿਸ ਦੀਆਂ ਤਿਆਰੀਆਂ ਤਾਂ ਦਿਖਾ ਦਿੱਤੀਆਂ, ਕਿਸਾਨਾਂ ਦੀਆਂ ਵੀ ਤਿਆਰੀਆਂ ਤੁਹਾਨੂੰ
ਦਿਖਾ ਦਿੰਦੇ ਹਾਂ ਕਿ ਕਿਸਾਨਾਂ ਦੇ ਵੱਲੋਂ ਕਿਹੋ ਜਿਹੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਹੋਈਆਂ ਨੇ ਔਰ ਕੱਲ੍ਹ 11 ਵਜੇ ਜਿਹੜਾ ਉਹ ਕੂਚ ਕੀਤਾ ਜਾਣਾ ਤਾਂ ਕੀ ਕੁਝ ਤਿਆਰੀ ਜਿਹੜੀ ਹੈ ਉਹ ਕਰ ਲਈ ਗਈ ਹੈ, ਕਿਉਂਕਿ ਜੇਕਰ ਸੜਕ ਦੇ ਰਸਤੇ ਨਹੀਂ ਜਾਇਆ ਜਾਂਦਾ ਤਾਂ ਫਿਰ ਕਿਸਾਨ ਕਿਵੇਂ ਜਾਣਗੇ। ਦੂਜੇ ਪਾਸਿਓਂ ਵੀ ਤੁਹਾਨੂੰ ਸਮਝਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਹਾਂ ਕਿ ਇੱਕ ਪਾਸੇ ਜਿਹੜਾ ਉਹ ਦਰਿਆ ਪੈਂਦਾ ਹੈਗਾ ਤਾਂ ਦਰਿਆ ਨੂੰ ਕਿਵੇਂ ਪਾਰ ਕੀਤਾ ਜਾਏਗਾ, ਕਿਉਂਕਿ ਦਰਿਆ ਜੇਕਰ ਪਾਰ ਕਰਨਾ ਤਾਂ ਪਹਿਲਾ ਰਸਤਾ ਜਿਹੜਾ ਉਹ ਤੁਹਾਨੂੰ ਇਹ ਨਜ਼ਰ ਆਏਗਾ। ਪਹਿਲਾ ਰਸਤਾ ਇਹੀ ਹੈਗਾ ਜੇਕਰ ਦਰਿਆ ਪਾਰ ਕਰਨਾ, ਜਿੱਥੇ ਸਾਹਮਣੇ ਇੱਕ ਟੈਂਕਰ ਲੱਗਾ ਨਜ਼ਰ ਆ ਰਿਹਾ ਜਿਹੜਾ ਪਹਿਲੇ ਦਿਨ ਕੋਸ਼ਿਸ਼ ਕੀਤੀ ਸੀਗੀ ਪਾਰ ਕਰਨ ਦੀ, ਇੱਕ ਲੇਅਰ ਜਿਹੜੀ ਸੀਗੀ ਉਹ ਤੋੜ ਦਿੱਤੀ ਗਈ ਸੀਗੀ, ਪਰ ਉਸ ਤੋਂ ਅੱਗੇ ਜਿਹੜੀ ਹੈ ਉਹ ਲੇਅਰ ਨਹੀਂ ਤੋੜੀ ਗਈ ਤਾਂ ਅੱਗੇ ਜਿਹੜੀ ਹੈ ਕੰਡਿਆਲੀ ਤਾਰ ਵਿਛੀ ਨਜ਼ਰ ਆ ਰਹੀ ਹੈ ਤਾਂ ਉਹ ਜਗ੍ਹਾ ਨੂੰ ਕਿਵੇਂ ਟੱਪਿਆ ਜਾਣਾ। ਇੱਕ ਤਾਂ ਇਹ ਰਸਤਾ ਹੈਗਾ ਕਿ ਜੇਕਰ ਦਿੱਲੀ ਕੂਚ ਕਰਨਾ ਤਾਂ ਇਸ ਰਸਤੇ ਤੋਂ ਕੂਚ ਕੀਤਾ ਜਾ ਸਕਦਾ, ਪਰ ਦੂਜਾ ਰਸਤਾ ਕੀ ਹੈਗਾ, ਕਿਸਾਨਾਂ ਦਾ ਪਲਾਨ ਵੀ ਹੈਗਾ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਤਾਂ ਮੈਨੂੰ ਇੱਧਰ ਇੱਕ ਵਾਰੀ ਕੈਮਰਾ ਜ਼ਰੂਰ ਮਾਰੋ, ਸਾਹਮਣੇ ਤੁਹਾਨੂੰ ਟਰਾਲੀਆਂ ਜਿਹੜੀਆਂ ਨੇ ਲੱਗੀਆਂ ਨਜ਼ਰ ਆ ਰਹੀਆਂ ਹੋਣਗੀਆਂ, ਸਾਹਮਣੇ ਟਰਾਲੀਆਂ ਗੱਟਿਆਂ ਦੇ ਨਾਲ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਹ ਗੱਟੇ ਭਰੇ ਜਾ ਰਹੇ ਨੇ, ਮਿੱਟੀ ਔਰ ਰੇਤਾ ਪਾ ਕੇ ਇਹਨਾਂ ਗੱਟਿਆਂ ਦੇ ਵਿੱਚ ਗੱਟੇ ਭਰੇ ਜਾ ਰਹੇ ਨੇ, ਤਾਂ ਇਹ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਕਿ ਇਹ ਟਰਾਲੀਆਂ ਦੇ ਵਿੱਚ ਗੱਟੇ ਭਰਦੇ ਜਾਣ, ਕਿਉਂਕਿ ਜੇਕਰ ਕੱਲ੍ਹ 11 ਵਜੇ ਜਥੇਬੰਦੀਆਂ ਨੇ ਫਾਈਨਲ ਕਰਤਾ ਕਿ ਕਿਉਂ ਕਰਨਾ ਹੀ ਕਰਨਾ ਤਾਂ ਫਿਰ ਇਹ ਟਰਾਲੀਆਂ ਦੇ ਨਾਲ ਜਿਹੜਾ ਉਹ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਪਹਿਲੀ ਕੋਸ਼ਿਸ਼ ਹੈ ਕਿਸਾਨਾਂ ਦੀ ਕਿ ਇਸੇ ਰਸਤੇ ਤੋਂ ਜਿਹੜਾ ਉਹ ਦਿੱਲੀ ਕੂਚ ਕੀਤਾ ਜਾਵੇ, ਜੇਕਰ ਨਹੀਂ ਹੁੰਦਾ ਤਾਂ ਇਹ ਦਰਿਆ ਪੈਂਦਾ ਨਾਲ ਜਿਹਦੇ ਉੱਪਰ ਜਿਹੜਾ ਇਹ ਪੁਲ ਬਣਿਆ ਹੋਇਆ, ਤਾਂ ਜੇਕਰ ਇਹ ਪੁਲ ਦੇ ਨਾਲ ਦੇਖਿਆ ਜਾਏ ਤਾਂ ਦਰਿਆ ਵਹਿੰਦਾ ਪਿਆ, ਤਾਂ ਇਹ ਦਰਿਆ ਦੇ ਵਿੱਚ ਇਹ ਗੱਟੇ ਸੁੱਟੇ ਜਾਣਗੇ ਔਰ ਇਹ ਗੱਟੇ ਸੁੱਟ ਕੇ ਜਿਹੜਾ ਅੱਗੇ ਕੂਚ ਕੀਤਾ ਜਾਏਗਾ। ਤਾਂ ਇਹ ਪਲਾਨ ਜਿਹੜਾ ਕਿਸਾਨਾਂ ਦੇ ਵੱਲੋਂ ਵੀ ਤਿਆਰ ਕੀਤਾ ਗਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਉਹ ਅੱਗੇ ਵਧਿਆ ਜਾਏਗਾ। ਤਾਂ ਇਹ ਸਾਰੀ ਜਿਹੜੀ ਹੈ ਤਿਆਰੀ ਕਰ ਲਈ ਗਈ ਹੈ, ਕਿਸਾਨ ਇੱਥੇ ਅੱਗੇ ਪਹੁੰਚ ਚੁੱਕੇ ਨੇ, ਹਰ ਤਰ੍ਹਾਂ ਦੀ ਤਸਵੀਰ ਤੁਹਾਨੂੰ ਇੱਥੇ ਜਿਹੜੀ ਹੈ ਉਹ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤਾਂ ਇਹ ਦੇਖੋ ਇੱਕ ਨੌਜਵਾਨ ਦੇ ਸੱਟ ਲੱਗੀ ਹੋਈ ਹੈ, ਸੱਟ ਲੱਗਣ ਦੇ ਬਾਵਜੂਦ ਇਹ ਦੋਨੋਂ ਨੌਜਵਾਨ ਜਿਹੜੇ ਨੇ ਇਸ ਵੇਲੇ ਛੰਭੂ ਬਾਰਡਰ ਦੇ ਉੱਪਰ ਪਹੁੰਚੇ ਹੋਏ ਨੇ। ਤਾਂ ਇਹ ਜਨੂੰਨ ਹੈ, ਕਹਿ ਲਓ ਕਿ ਜਜ਼ਬਾ ਇਹ ਕਿਸਾਨੀ ਦੇ ਲਈ, ਜਿਹੜੇ ਨੌਜਵਾਨ ਸੱਟ ਲੱਗੀ ਦੇ ਵਿੱਚ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ, ਤਾਂ ਇਹ ਸੱਟ ਲੱਗੀ ਆ ਨੌਜਵਾਨਾਂ ਦੇ ਤਾਂ ਵੀ ਇੱਥੇ ਆ ਕੇ ਡਟੇ ਹੋਏ ਨੇ। ਤਾਂ ਮਾਤਾ ਜੀ ਵੀ ਨੇ, ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਹੁਣ ਤਾਂ ਜੀ ਹਸਪੀਟਲ ਤੋਂ ਆਏ ਹੈਗੇ ਆ, APJ ਹਸਪੀਟਲ ਚ ਐਡਮਿਟ ਸੀ ਬੱਚੇ। ਅੱਛਾ, ਹਾਂਜੀ। ਕਿਵੇਂ ਸੱਟ ਲੱਗੀ ਇਹਨਾਂ ਦੇ? ਇੱਥੇ ਸੇਵਾ ਕਰ ਰਹੇ ਸੀ ਜੀ, ਲੰਗਰ ਦੀ ਸੇਵਾ ਕਰ ਰਹੇ ਸੀ, 16 ਤਰੀਕ ਨੂੰ ਇਹਨਾਂ ਨੂੰ ਵੱਜੇ ਆ ਬੰਬ ਇੱਥੇ। ਅੱਛਾ, ਇਹ ਅਥਰੂ ਗੈਸ ਦੇ ਗੋਲਿਆਂ ਨਾਲ? ਹਾਂਜੀ ਹਾਂਜੀ ਹਾਂਜੀ। ਠੀਕ ਨੇ? ਹੁਣ ਗਿੱਟਾ ਟੁੱਟ ਗਿਆ ਉਹਦਾ, ਗਿੱਟਾ ਹੈਗਾ। ਅੱਛਾ, ਉਹ ਤੇ ਇੱਕ ਮੁੰਡਾ ਹਲੇ ਹੋਰ ਪਿਆ ਹਸਪੀਟਲ ਚ। ਅੱਛਾ, ਉਹਦੇ ਬਹੁਤ ਬੁਰੀ ਹਾਲਤ ਹੈ। ਅੱਛਾ, ਉਹਦੀ ਲੱਤ ਟੁੱਟੀ ਹੈ, ਉਹਦੀ ਨਾ ਦੋ ਥਾਂ ਤੋਂ ਲੱਤ ਫ੍ਰੈਕਚਰ ਹੈ, ਉਹਦਾ ਗਿੱਟਾ ਨਿਕਲਿਆ ਆਇਆ ਜੀ, ਗਿੱਟਾ ਨਿਕਲੇ ਟੁੱਟ ਗਿਆ ਸੀ ਗਿੱਟਾ, ਇਹਦੇ ਆ ਪੈਰ ਦੇ ਮੂਹਰੇ ਉੱਪਰਲੇ ਬੰਨੇ ਆ ਸੱਟ, ਇਹਦੇ 12 ਟੈਂਕੇ ਲੱਗੇ ਗਿਆ। ਇਹ ਹਸਪੀਟਲ ਚੋਂ ਜਨੂਨ ਇੰਨਾ ਜ਼ਿਆਦਾ ਸਾਨੂੰ ਕਹਿ ਰਹੇ ਸੀ ਸਾਨੂੰ ਲੈ ਕੇ ਜਾਓ ਲੈ ਕੇ ਜਾਓ, ਅੱਜ ਇਹਨਾਂ ਨੂੰ ਫਿਰ ਸਿੱਧਾ ਛੰਭੂ ਬਾਰਡਰ ਤੇ ਲਾਉਣਾ ਪਿਆ ਸਾਨੂੰ। ਕਿੰਨੀ ਉਮਰ ਆ ਬਾਈ, ਕੀ ਨਾਮ ਹੈ? ਮੇਰੀ 16 ਸਾਲ ਉਮਰ ਆ, ਸ਼ਬਦਪ੍ਰੀਤ ਸਿੰਘ ਮੇਰਾ ਨਾਮ। ਅੱਛਾ, ਇਹ ਹਸਪੀਟਲ ਤੋਂ ਸਿੱਧਾ ਇੱਥੇ ਆ ਰਹੇ ਹੋ? ਸਿੱਧਾ ਇੱਥੇ ਆ ਰਹੇ ਹਾਂ ਜੀ। ਸਭ ਤੋਂ ਅੱਗੇ ਆ ਕੇ ਫਿਰ ਮੂਹਰੇ ਡਟ ਗਏ, ਉਹ ਜਜ਼ਬਾ ਕਿਵੇਂ? ਬਸ ਹੌਸਲੇ ਬੁਲੰਦਾ, ਕੱਲ ਨੂੰ ਫੇਰ ਜਾਵਾਂਗੇ ਦਿੱਲੀ। ਫੇਰ ਜਾਓਗੇ? ਫੇਰ ਜਾਵਾਂਗੇ। ਕਿਵੇਂ ਠੀਕ ਹੈ ਹੁਣ ਸੱਟ ਫ੍ਰੈਕਚਰ ਹੋਈ ਇੱਥੇ? ਹਾਂਜੀ ਹਾਂਜੀ, ਟਾਂਕੇ ਲੱਗੇ ਹੋਏ ਜੀ। ਹਾਂ, ਹੁਣ ਕਿਵੇਂ ਲੱਗ ਰਹੀ ਹੈ ਤਿਆਰੀ? ਤਿਆਰੀ ਪੂਰੀ ਹੈ, ਕੱਲ ਨੂੰ ਜਾਣਾ ਹੈ, ਕੱਲ ਨੂੰ ਫੇਰ ਜਾਓਗੇ? ਫੇਰ ਜਾਵਾਂਗੇ ਜੀ, ਜਿੱਥੇ ਡਟ ਗਿਆ ਬਾਈ। ਤਾਂ ਇਹ ਨੌਜਵਾਨ ਨੇ ਦੇਖੋ ਇਹ ਜਨੂੰਨ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਵੇਂ ਇਹ ਜਿਹੜਾ ਉਹ ਕੂਚ ਕੀਤਾ ਜਾਏਗਾ। ਤਾਂ ਸੱਟ ਲੱਗੀ ਦੇ ਵਿੱਚ ਵੀ ਨੌਜਵਾਨ ਜਿਹੜੇ ਨੇ ਇੱਥੇ ਪਹੁੰਚ ਗਏ ਨੇ, ਹਾਲਾਂਕਿ ਇਸ ਵੇਲੇ ਤੱਕ ਬਿਲਕੁਲ ਸ਼ਾਂਤੀ ਬਣਾ ਕੇ ਰੱਖੀ ਆ, ਕਿਉਂਕਿ ਕੋਈ ਵੀ ਹੁਕਮ ਜਿਹੜਾ ਕਿਸਾਨਾਂ ਦੇ ਵੱਲੋਂ ਅਜੇ ਨਹੀਂ ਆਇਆ ਕੂਚ ਕਰਨ ਦਾ, ਇਸੇ ਕਰਕੇ ਇਹ ਰਸਤਾ ਵਿੱਚ ਛੱਡਿਆ ਹੋਇਆ, ਪਰ ਇਹ ਲਾਈਨ ਖਿੱਚ ਕੇ ਕਿਸਾਨ ਇੱਥੇ ਡਟੇ ਹੋਏ ਨੇ। ਤਾਂ ਬਾਈ ਜੀ ਕਿਵੇਂ ਮਾਹੌਲ ਕਿਵੇਂ ਨਜ਼ਰ ਆ ਰਿਹਾ ਅੱਜ? ਹੈ ਜੀ, ਕਿਵੇਂ ਮਾਹੌਲ ਨਜ਼ਰ ਆ ਰਿਹਾ ਅੱਜ? ਮਾਹੌਲ ਪੂਰਾ ਜੋਸ਼ ਚ ਆ ਜੀ,
ਕਿਉਂਕਿ ਜੋਸ਼ ਦੇ ਨਾਲ ਹੋਸ਼ ਵੀ ਚਾਹੀਦਾ। ਕੱਲ ਨੂੰ 11 ਵਜੇ ਬਾਰਡਰ ਭੰਨਾਂਗੇ, ਸਰਕਾਰ ਸਾਡੇ ਗੋਲੀਆਂ ਮਾਰੇ, ਬਾਰਡਰ ਕੈਨਰ ਦਾ ਪੈਟਰੋਲ ਕਰੇ, ਜੋ ਮਰਜ਼ੀ ਕਰੇ, ਪਰ ਅਸੀਂ ਆਪਣੇ ਹੱਕ ਲੈ ਕੇ ਮੁੜਾਂਗੇ। ਜਿਵੇਂ ਇੱਕ ਪਾਸੇ ਮੈਂ ਦੇਖ ਰਿਹਾ ਕਿ ਗੱਟੇ ਟਰਾਲੀਆਂ ਦੇ ਭਰੇ ਨੇ, ਇਹ ਫਿਰ ਪਲਾਨ ਬੀ ਤਿਆਰ ਕੀਤਾ ਗਿਆ? ਬਿਲਕੁਲ, ਹਰ ਤਰ੍ਹਾਂ ਦਾ ਅਸੀਂ ਪਲਾਨ ਆਪਣਾ ਕਰ ਚੁੱਕੇ ਹਾਂ ਤਿਆਰ। ਜਿਹਦੇ ਹੁੰਦੇ ਆ ਨਾ ਜੱਟ ਜਗਾੜੀ ਹੁੰਦੀ ਆ, ਜਗਾੜ ਸਾਡੇ ਕੋਲੇ ਵੀ ਬਹੁਤ ਆ, ਜੇ ਸਰਕਾਰ ਕੋਲੇ ਆ ਨਾ ਤੇ ਸਾਨੂੰ ਇਹਨਾਂ ਦਾ ਜਵਾਬ ਦੇਣਾ ਆਉਂਦਾ, ਤੇ ਇਹਨਾਂ ਨੇ ਸਾਨੂੰ ਕੰਡਿਆਂ ਵਾਲੀ ਤਾਰ ਆਪ ਮਤਲਬ ਪਾ ਕੇ ਦੇ ਦਿੱਤੀ ਤੇ ਸਾਨੂੰ ਇਹ ਗੁਲਾਮ ਸਮਝਦੇ ਆ। ਪੰਜਾਬ ਨਾਲ ਪਹਿਲਾਂ ਤੋਂ ਧੱਕਾ ਧੜੀ ਕਰ ਰਹੇ ਆ, ਕੋਈ ਅੱਜ ਦੀ ਨਹੀਂ, ਕਿਉਂਕਿ ਅਸੀਂ ਪੰਜਾਬੀ ਆ, ਜਿਹੜੇ ਪੰਜਾਬ ਚ ਰਹਿਣ ਵਾਲੇ ਲੋਕ ਆ, ਅਸੀਂ ਗੁਲਾਮ ਆ, ਗੁਲਾਮ ਲੋਕਾਂ ਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੁੰਦਾ। ਜਿਵੇਂ ਤੁਸੀਂ ਤਾਂ ਅੱਗੇ ਡਟੇ ਹੋਏ ਹੋ, ਸਾਰੀ ਮੂਵਮੈਂਟ ਦੇਖਦੇ ਹੋਵੋਗੇ, ਜਦੋਂ ਇਹ ਐਲਾਨ ਹੋ ਗਿਆ ਕਿ ਕੱਲ ਨੂੰ 11 ਵਜੇ ਜਾਣਾ ਹੈ, ਉਸ ਤੋਂ ਬਾਅਦ ਫੋਰਸ ਦੀ ਤਿਆਰੀ ਵਧੀ ਆ ਕੋਈ? ਵੀਰ ਜੀ, ਅੱਜ ਦੀ ਨਹੀਂ ਨਾ ਕੱਲ ਦੀ ਵੱਧ ਰਹੀ ਆ, ਜਦੋਂ ਤੋਂ ਆਪਾਂ ਨੂੰ ਇਹਨਾਂ ਨੇ ਗੱਲਬਾਤ ਚ ਲਾ ਲਿਆ, ਪਹਿਲਾਂ ਤਾਂ ਸਾਨੂੰ ਕਹਿੰਦਾ ਵੀ ਕਿਸਾਨ ਜਥੇਬੰਦੀਆਂ ਗੱਲ ਕਰਨ ਨੂੰ ਤਿਆਰ ਨਹੀਂ। ਜਦੋਂ ਅਸੀਂ ਗੱਲਬਾਤ ਨੂੰ ਸ਼ੁਰੂ ਹੋ ਗਏ, ਆਪਣੇ ਆਗੂ ਜਾਣ ਲੱਗ ਗਏ, ਮੈਂ ਵੀ ਸੂਬਾ ਪ੍ਰਧਾਨ ਆ BKU ਏਕਤਾ ਪੰਜਾਬ ਦਾ, ਤੇ ਸਾਡੀ ਡਿਊਟੀ ਸੀ ਇੱਥੇ ਨੌਜਵਾਨਾਂ ਨੂੰ ਰੋਕ ਕੇ ਰੱਖਣ ਦੀ, ਤੇ ਇਹਨਾਂ ਨੇ ਆਪਦਾ ਤਾਮ ਝਾਮ ਉਹਦੀ ਵਧਾਉਣਾ ਸ਼ੁਰੂ ਕਰਤਾ। ਉਹ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ, ਕੈਮਰੇ ਦੀ, ਸਾਰੇ ਫੌਜ ਖੜੀ ਆ, ਘੋੜਿਆਂ ਵਾਲੀ, ਇਧਰਲੇ ਪਾਸੇ ਵੀ ਫੌਜ ਖੜੀ ਆ। ਕੱਲ JBC ਨਾ, ਹਜੇ ਵੀ ਉਹ JBC ਚੱਲ ਰਹੀ ਆ, ਉਹ ਦੇਖੋ ਇਹਨਾਂ ਨੇ ਟੋਏ ਪੱਟ ਕੇ, ਜਿੱਥੋਂ ਦੇ ਇਹਨਾਂ ਨੂੰ ਲੱਗਦਾ ਸੀ ਵੀ ਟਰਾਲੀਆਂ ਟਰੈਕਟਰ ਲੰਘਣ ਵਾਲੇ ਆ, ਉੱਥੋਂ ਇਹ ਬੰਦ ਕਰ ਰਹੇ ਆ ਤੇ ਨਦੀ ਤੇ ਸੁੱਕੀਆਂ ਚ ਪਾਣੀ ਛੱਡ ਰਹੇ ਆ। ਪਹਿਲਾਂ ਸੁੱਕੀ ਸੀ ਉਹ, ਪ੍ਰਸ਼ਾਸਨ ਵੱਲੋਂ ਚਲਾਈ ਗਈ, ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਆ ਇਹ, ਯਾਨੀ ਕਿ ਇੱਕ ਪਾਸੇ ਉਹ ਦੇਖ ਲਿਆ ਕਿ ਗੱਟੇ ਭਰੇ ਜਾ ਰਹੇ ਨੇ, ਸਾਡੇ ਨਾਲ ਧੋਖਾ ਕਰ ਰਹੇ ਆ, ਪਹਿਲੀ ਵਾਰ ਨਹੀਂ ਹੋਇਆ, ਬਹੁਤ ਮੇਰਾ ਪੰਜਾਬ ਨਾਲ ਧੋਖਾ ਹੀ ਹੋਇਆ ਨਾ। ਜੇ ਪੇਰੀਅਨ ਕਾਨੂੰਨ ਮੁਤਾਬਕ ਦੇਖੀਏ ਤਾਂ ਜਿਹੜੇ ਸੂਬੇ ਕੋਲੇ ਜਿਹੜਾ ਸੀਗਾ ਉਹਨਾਂ ਉੱਥੇ ਹੱਕ ਸੀ, ਪੰਜਾਬ ਕੋਲੇ ਪਾਣੀ ਸੀ, ਬਿਹਾਰ ਨੇਪਾਲ ਕੋਲੇ ਕੋਲਾ ਸੀ, ਰਾਜਸਥਾਨ ਕੋਲੇ ਪੱਥਰ ਸੀ, ਕੀ ਅਸੀਂ ਫਰੀ ਲੈ ਕੇ ਆਉਂਦੇ ਹਾਂ? ਪੰਜਾਬ ਦੇ ਵਿੱਚ ਅਸੀਂ ਕੋਠੀਆਂ ਪਾਉਂਦੇ ਹਾਂ, ਘਰ ਮਕਾਨ ਬਣਾਉਂਦੇ ਹਾਂ, ਅਸੀਂ ਪੱਥਰ ਦੇ ਪੈਸੇ ਦੇ ਕੇ ਲੈ ਕੇ ਆਉਂਦੇ ਹਾਂ, ਕੋਲਾ ਅਸੀਂ ਮੁੱਲ ਲੈ ਕੇ ਆਉਂਦੇ ਹਾਂ, ਫਿਰ ਉਹਦੀ ਬਿਜਲੀ ਪੈਦਾਵਾਰ ਤਿਆਰ ਹੁੰਦੀ ਹੈ, ਇੱਟਾਂ ਤਿਆਰ ਹੁੰਦੀਆਂ, ਤੇ ਜਿਹੜਾ ਪੰਜਾਬ ਦਾ ਪਾਣੀ ਆ ਉਹ 26 ਲੱਖ ਹੈਕਟੇਅਰ ਲੀਟਰ ਡੇਲੀ ਫਰੀ ਲੁੱਟਿਆ ਜਾ ਰਿਹਾ। ਅਸੀਂ ਕਹਿੰਦੇ ਸੀ ਵੀ ਜੇ ਸਾਨੂੰ 5 ਪੈਸੇ ਪ੍ਰਤੀ ਲੀਟਰ ਜੇ ਸਾਨੂੰ ਉਹਦਾ ਪਾਣੀ ਦਾ ਮੁੱਲ ਦੇ ਦਿਓ ਤਾਂ 32 ਲੱਖ ਕਰੋੜ ਰੁਪਇਆ ਬਣਦਾ, ਤੇ ਅੱਜ ਜੰਮਦਾ ਬੱਚਾ 15 ਲੱਖ ਦਾ ਪੰਜਾਬ ਦਾ ਕਰਜ਼ਾਈ ਹੈ। ਸਾਨੂੰ ਇਹ ਦੱਬਣਾ ਕੁਚਲਣਾ ਚਾਹੁੰਦੇ ਆ, ਜਿਹੜੇ ਨੌਜਵਾਨ ਆ ਉਹ ਪੰਜਾਬ ਦੇ, ਉਹ ਗੁਲਾਮੀ ਨਹੀਂ ਚਾਹੁੰਦੇ, ਗੁਲਾਮੀ ਨੂੰ ਅਸੀਂ ਜਦੋਂ ਪੁੱਟਾਂਗੇ, ਅਸੀਂ ਦਿੱਲੀ ਜਾਵਾਂਗੇ, ਜੋ ਮਰਜ਼ੀ ਹੋਵੇ ਜਾਵਾਂਗੇ ਤੇ ਜਾਵਾਂਗੇ। ਠੀਕ ਹੈ, ਤਾਂ ਇਹ ਤਿਆਰੀ ਹੋ ਗਈ ਹੈ, ਤਾਂ ਬਈ ਕਿਵੇਂ ਅਸੀਂ ਭੰਨਿਆ ਕੱਲ ਇਸੇ ਰਸਤੇ ਤੋਂ ਹੋਊਗਾ ਕੁਝ? ਵੀਰੇ ਜਰੂਰ ਜਾਵਾਂਗੇ, ਇਹਨਾਂ ਦੀ ਹੱਕ ਤੇ ਗੋਡਾ ਰੱਖ ਕੇ ਜਾਵਾਂਗੇ, ਕੱਲ ਨੂੰ 11 ਵਜੇ ਦਾ ਫਿਰ 11 ਵਜੇ ਦੱਸਾਂਗੇ ਇਹਨਾਂ ਨੂੰ ਹੋਲਣ ਤੋਂ, ਜਿਹੜਾ ਗੋਲੀਆਂ ਮਾਰਨੀਆਂ ਗੋਲੀਆਂ ਮਾਰ ਲੈਣ, ਜਿਹੜਾ ਕੁਝ ਇਹਨਾਂ ਨੇ ਕਰਨਾ ਕਰ ਲੈਣ, ਕੱਲ ਨੂੰ ਦਿੱਲੀ ਜਾਣਾ ਤੇ ਫਿਰ ਜਾਣਾ ਹੀ ਜਾਣਾ। ਅੱਛਾ, ਜਿਵੇਂ 13 ਤਰੀਕ ਨੂੰ ਇੱਕ ਕੋਸ਼ਿਸ਼ ਹੋਈ ਸੀਗੀ, ਪਰ ਜਿਵੇਂ ਅਥਰੂ ਗੈਸ ਦੇ ਗੋਲੇ ਛੱਡੇ, ਰਬੜ ਦੀਆਂ ਗੋਲੀਆਂ ਆਈਆਂ, ਉਹਨਾਂ ਦਾ ਕੀ ਫਿਰ ਪ੍ਰਬੰਧ ਅਲਟਰਨੇਟ ਕੀਤਾ? ਜਿਹੜਾ ਕੋਈ ਮਰਜ਼ੀ ਕਰ ਲਓ, ਆਹ ਲੋ ਹੌਸਲੇ ਅੱਜ ਵੀ ਬੁਲੰਦ ਨੇ, ਹੁਣ ਇਹ ਡਰਾਉਂਦੇ ਆ ਤੇ ਮੀਟਿੰਗਾਂ ਰੱਖਣੀਆਂ ਸੀ, ਇਹਨਾਂ ਨੇ ਇਹ ਕਿਹਾ, ਗਮਰਾਹੀ ਕੀਤਾ, ਮੀਟਿੰਗਾਂ ਕਾਹਦੀਆਂ ਕੀਤੀਆਂ ਨੇ, ਟਾਈਮ ਇਹਨਾਂ ਨੇ ਆਪਦਾ ਬੰਦੋਬਸਤ ਪਿੱਛੇ ਹੋਰ ਕਰਨੇ ਸੀਗੇ, ਬਸ ਉਹ ਗੱਲ ਕਰਕੇ ਰੁਕੇ ਹੋਏ ਆ, ਕੋਈ ਚੱਕਰ ਨੀ, ਇਹਨਾਂ ਦਾ ਭੁਲੇਖਾ ਜਿਹੜਾ ਹੈ ਨਾ, ਕੱਲ ਨੂੰ 11 ਵਜੇ ਕੱਢਾਂਗੇ ਵੀਰੇ, ਹਰ ਹਾਲਤ ਜਾਵਾਂਗੇ। ਜਜ਼ਬਾ ਹੈ ਕਿਸਾਨ ਲੈ ਕੇ ਇੱਥੇ ਅੱਗੇ ਡਟੇ ਹੋਏ ਨੇ, ਪਰ ਕਹਿੰਦੇ ਨੇ ਕਿ ਕੱਲ ਨੂੰ ਕਿਸੇ ਵੀ ਹਾਲਤ ਦੇ ਵਿੱਚ 11 ਵਜੇ ਦਿੱਲੀ ਕੂਚ ਹੋ ਕੇ ਰਹੇਗਾ। ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ TV, ਸ਼ੰਭੂ ਬਾਰਡਰ।